ਸਾਹਿਬ ਜਦੋਂ ਮੋਦੀ ਸਾਹਿਬ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਅਮਰੀਕਾ ਦੇ ਸੈਨੇਟ ਦੇ ਵਿੱਚ ਤੇ ਯੂਐਨ ਦੇ ਅਸੈਂਬਲੀ ਦੇ ਵਿੱਚ ਜਦੋਂ ਮੋਦੀ ਸਾਹਿਬ ਬੋਲਦੇ ਆ ਤਾਂ ਲੋਕ ਆਪਣਾ ਸਾਹ ਰੋਕ ਲੈਂਦੇ ਆ। ਜਦੋਂ ਮੋਦੀ ਸਾਹਿਬ ਯੂਐਨ ਚ ਬੋਲਦੇ ਆ ਤਾਂ ਭਾਰਤ ਦੇ ਜਿਹੜੇ ਦੁਸ਼ਮਣ ਹੈ ਉਹਨਾਂ ਦੀਆਂ ਦਿਲਾਂ ਦੀਆਂ ਧੜਕਣਾਂ ਤੇਜ਼ ਹੋ ਜਾਂਦੀਆਂ। ਦੋਸਤੋ, ਅੱਜ ਇਸ ਸਟੇਜ ਤੋਂ ਮੋਦੀ ਸਾਹਿਬ ਨੂੰ ਇੱਕ ਪੰਜਾਬ ਦਾ ਮੰਗ ਪੱਤਰ ਪੰਜਾਬ ਦੀ ਬੀਜੇਪੀ ਜਾਖੜ ਸਾਹਿਬ ਦੀ ਸਹਿਮਤੀ ਨਾਲ ਇੱਕ ਮੰਗ ਪੱਤਰ ਦੇਵਾਂਗੇ। ਪ੍ਰਧਾਨ ਮੰਤਰੀ ਸਾਹਿਬ, ਅਸੀਂ ਪੰਜਾਬ ਦੇ ਲੋਕ ਅਸੀਂ ਮੰਗ ਕਰਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਯੂਪੀ ਦਾ ਲਾਅ ਐਂਡ ਆਰਡਰ ਠੀਕ ਕੀਤਾ, ਕਾਨੂੰਨ ਦੀ ਵਿਵਸਥਾ ਨੂੰ ਜਿਸ ਤਰ੍ਹਾਂ ਯੂਪੀ ਦੇ ਵਿੱਚ ਠੀਕ ਕੀਤਾ, ਪੰਜਾਬ ਦੇ ਵਿੱਚ ਵੀ ਸਾਨੂੰ ਉਹ ਬੀਜੇਪੀ ਦਾ ਮਾਡਲ ਲੈ ਕੇ ਆਉਣ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਸਾਹਿਬ, ਜਿਵੇਂ ਤੁਸੀਂ ਗੁਜਰਾਤ ਦੇ ਵਿੱਚ ਕਾਰਖਾਨੇ ਲਾਏ ਹੈ, ਉਹੀ ਉਸੇ ਕਿਸਮ ਦੀ ਇੰਡਸਟਰੀਅਲ ਇਨਵੈਸਟਮੈਂਟ ਜਿਹੜੀ ਹੈ ਉਹ ਪੰਜਾਬ ਨੂੰ ਵੀ ਜ਼ਰੂਰਤ ਹੈ। ਉਹ ਗੁਜਰਾਤ ਦਾ ਮਾਡਲ ਸਾਨੂੰ ਪੰਜਾਬ ਦੇ ਵਿੱਚ ਚਾਹੀਦਾ। ਜਿਸ ਤਰ੍ਹਾਂ ਤੁਸੀਂ ਮਹਾਰਾਸ਼ਟਰ ਦੇ ਵਿੱਚ ਬੁਨਿਆਦੀ ਢਾਂਚਾ ਬਣਾਇਆ, ਉਹ ਬੁਨਿਆਦੀ ਢਾਂਚਾ ਪੰਜਾਬ ਦੇ ਵਿੱਚ ਬੀਜੇਪੀ ਮਾਡਲ ਜਿਹੜਾ ਹੈ ਉਹ ਲਿਆਉਣ ਦੀ ਲੋੜ ਹੈ। ਜਿਸ ਤਰ੍ਹਾਂ ਤੁਸੀਂ ਉੱਤਰਖੰਡ ਦੇ ਵਿੱਚ ਤੁਸੀਂ ਟੂਰਿਜ਼ਮ ਲੈ ਕੇ ਆਏ ਹੋ, ਉਸੇ ਤਰ੍ਹਾਂ ਦੀ ਟੂਰਿਜ਼ਮ ਜਿਹੜੀ ਹੈ ਇਹ ਪੰਜਾਬ ਦੇ ਵਿੱਚ ਵੀ ਲਿਆਉਣ ਦੀ ਲੋੜ ਹੈ। ਦੋਸਤੋ, ਇਹ ਮੰਗ ਪੱਤਰ ਜਿਹੜਾ ਇਹ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਇਹ ਅਸੀਂ ਆਪਣੇ ਪ੍ਰਧਾਨ ਮੰਤਰੀ ਤੋਂ ਅਸੀਂ ਮੰਗ ਕਰਾਂਗੇ। ਪੰਜਾਬੀਓ, ਸਾਹਿਬ ਜਦੋਂ ਮੋਦੀ ਸਾਹਿਬ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਅਮਰੀਕਾ ਦੇ ਸੈਨੇਟ ਦੇ ਵਿੱਚ ਤੇ ਯੂਐਨ ਦੇ ਅਸੈਂਬਲੀ ਦੇ ਵਿੱਚ ਜਦੋਂ ਮੋਦੀ ਸਾਹਿਬ ਬੋਲਦੇ ਆ ਤਾਂ ਲੋਕ ਆਪਣਾ ਸਾਹ ਰੋਕ ਲੈਂਦੇ ਆ। ਜਦੋਂ ਮੋਦੀ ਸਾਹਿਬ ਯੂਐਨ ਚ ਬੋਲਦੇ ਆ ਤਾਂ ਭਾਰਤ ਦੇ ਜਿਹੜੇ ਦੁਸ਼ਮਣ ਹੈ ਉਹਨਾਂ ਦੀਆਂ ਦਿਲਾਂ ਦੀਆਂ ਧੜਕਣਾਂ ਤੇਜ਼ ਹੋ ਜਾਂਦੀਆਂ। ਦੋਸਤੋ, ਅੱਜ ਇਸ ਸਟੇਜ ਤੋਂ ਮੋਦੀ ਸਾਹਿਬ ਨੂੰ ਇੱਕ ਪੰਜਾਬ ਦਾ ਮੰਗ ਪੱਤਰ ਪੰਜਾਬ ਦੀ ਬੀਜੇਪੀ ਜਾਖੜ ਸਾਹਿਬ ਦੀ ਸਹਿਮਤੀ ਨਾਲ ਇੱਕ ਮੰਗ ਪੱਤਰ ਦੇਵਾਂਗੇ। ਪ੍ਰਧਾਨ ਮੰਤਰੀ ਸਾਹਿਬ, ਅਸੀਂ ਪੰਜਾਬ ਦੇ ਲੋਕ ਅਸੀਂ ਮੰਗ ਕਰਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਯੂਪੀ ਦਾ ਲਾਅ ਐਂਡ ਆਰਡਰ ਠੀਕ ਕੀਤਾ, ਕਾਨੂੰਨ ਦੀ ਵਿਵਸਥਾ ਨੂੰ ਜਿਸ ਤਰ੍ਹਾਂ ਯੂਪੀ ਦੇ ਵਿੱਚ ਠੀਕ ਕੀਤਾ, ਪੰਜਾਬ ਦੇ ਵਿੱਚ ਵੀ ਸਾਨੂੰ ਉਹ ਬੀਜੇਪੀ ਦਾ ਮਾਡਲ ਲੈ ਕੇ ਆਉਣ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਸਾਹਿਬ, ਜਿਵੇਂ ਤੁਸੀਂ ਗੁਜਰਾਤ ਦੇ ਵਿੱਚ ਕਾਰਖਾਨੇ ਲਾਏ ਹੈ, ਉਹੀ ਉਸੇ ਕਿਸਮ ਦੀ ਇੰਡਸਟਰੀਅਲ ਇਨਵੈਸਟਮੈਂਟ ਜਿਹੜੀ ਹੈ ਉਹ ਪੰਜਾਬ ਨੂੰ ਵੀ ਜ਼ਰੂਰਤ ਹੈ। ਉਹ ਗੁਜਰਾਤ ਦਾ ਮਾਡਲ ਸਾਨੂੰ ਪੰਜਾਬ ਦੇ ਵਿੱਚ ਚਾਹੀਦਾ। ਜਿਸ ਤਰ੍ਹਾਂ ਤੁਸੀਂ ਮਹਾਰਾਸ਼ਟਰ ਦੇ ਵਿੱਚ ਬੁਨਿਆਦੀ ਢਾਂਚਾ ਬਣਾਇਆ, ਉਹ ਬੁਨਿਆਦੀ ਢਾਂਚਾ ਪੰਜਾਬ ਦੇ ਵਿੱਚ ਬੀਜੇਪੀ ਮਾਡਲ ਜਿਹੜਾ ਉਹ ਲਿਆਉਣ ਦੀ ਲੋੜ ਹੈ। ਜਿਸ ਤਰ੍ਹਾਂ ਤੁਸੀਂ ਉੱਤਰਖੰਡ ਦੇ ਵਿੱਚ ਤੁਸੀਂ ਟੂਰਿਜ਼ਮ ਲੈ ਕੇ ਆਏ ਹੋ, ਉਸੇ ਤਰ੍ਹਾਂ ਦੀ ਟੂਰਿਜ਼ਮ ਜਿਹੜੀ ਹੈ ਇਹ ਪੰਜਾਬ ਦੇ ਵਿੱਚ ਵੀ ਲਿਆਉਣ ਦੀ ਲੋੜ ਹੈ। ਦੋਸਤੋ, ਇਹ ਮੰਗ ਪੱਤਰ ਜਿਹੜਾ ਇਹ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਪੰਜਾਬ ਦੀ
ਇਹ ਅਸੀਂ ਆਪਣੇ ਪ੍ਰਧਾਨ ਮੰਤਰੀ ਤੋਂ ਅਸੀਂ ਮੰਗ ਕਰਾਂਗੇ। ਪੰਜਾਬੀਓ,